ਹਾਂਜੀ ਦੋਸਤੋ ਮੈਂ ਤਰਨ ਸਿੰਘ ਮਠਾਰੂ ਸਵਾਗਤ ਕਰਦਾ ਤੁਹਾਡਾ ਪੰਜਾਬ న్యూਸ ਚੈਨਲ ਦੇ ਵਿੱਚ ਜਿੱਥੇ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਦੀਆਂ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਦੇ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਜੀ ਕਿ ਭਾਰਤ ਨੂੰ ਮਿਲੀ ਪਹਿਲੀ ਕਰੋਨਾ ਟੈਸਟ ਕਿਟ ICMR ਵੱਲੋਂ ਮਨਜ਼ੂਰੀ 20 ਮਿੰਟਾਂ ਵਿੱਚ ਮਿਲਣਗੇ ਨਤੀਜੇ ਅਮਰਤ ਸਰਕਾਰ ਨੇ ਇਹਨਾਂ ਇਲਾਕਿਆਂ ਵਿੱਚ 10 ਦਿਨ ਲਈ ਪੂਰੀ ਤਰ੍ਹਾਂ ਕਰਫਿਊ ਕਿ ਰਾਏਦਾਰਾਂ ਲਈ ਵੱਡੀ ਖਬਰ ਹੈ ਮਕਾਨ ਮਾਲਕ ਨਹੀਂ ਕਰ ਸਕਣਗੇ ਮਨਮਾਨੀ ਆ ਰਿਹਾ ਹੈ ਨਵਾਂ ਕਾਨੂੰਨ ਕੈਨੇਡਾ ਜਾਣ ਵਾਲਾ ਲਈ ਨਵਾਂ ਐਲਾਨ 30 ਅਪ੍ਰੈਲ 2021 ਤੱਕ ਵਿਦਿਆਰਥੀ ਨਹੀਂ ਆ ਸਕਣਗੇ ਕੈਨੇਡਾ ਪੰਜਾਬ ਵਿੱਚ ਸਤੰਬਰ ਮਹੀਨੇ ਵਿੱਚ ਵੀ ਨਹੀਂ ਖੁੱਲਣਗੇ ਸਕੂਲ ਤੇ ਕਾਲਜ ਬੀਲ ਬੋਰਡ ਵਿੱਚ ਨੌਕਰੀ ਦਾ ਸੁਨਹਿਰੀ ਮੌਕਾ ਜਲਦੀ ਕਰੋ ਅਪਲਾਈ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਜਾਣੋ 10 ਗ੍ਰਾਮ ਦੀ ਨਵੀਂ ਕੀਮਤ ਹਾਈ ਕੋਰਟ ਨੇ 21 ਨੰਬਰ ਤੋਂ ਲੈ ਕੇ 30 ਨੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਦਸੰਬਰ ਤੇ ਜਨਵਰੀ 2021 ਤੱਕ ਕੀਤੀ ਪੰਜਾਬ ਦੇ ਲਿਸਨ ਇਹਨਾਂ ਸੂਬਿਆਂ 'ਚ ਭਾਰੀ ਬਾਰਿਸ਼ ਦਾ ਅਨੁਮਾਨ ਜਾਣੋ ਮੌਸਮ ਦਾ ਹਾਲ ਪੰਜਾਬ 'ਚ ਅੱਜ 1746 ਨਵੇਂ ਮਰੀਜ਼ਾਂ ਦੇ ਸਾਹਮਣੇ ਅੰਕੜਾ 48000 ਦੇ ਨੇੜੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਹੁਣ ਲੱਗੇਗਾ ਭਾਰੀ ਜੁਰਮਾਨਾ ਜਾਣੋ ਸਸਤੇ ਵਿੱਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ ਆਫਰ ਵਿੱਚ ਬਚੇ ਸਿਰਫ ਕੁਝ ਦਿਨ ਬਾਕੀ ਤਾਂ ਦੋਸਤੋ ਵੇਖੀਏ ਆਪਣੀਆਂ ਸਮੇਂ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਹਾਂਜੀ ਦੋਸਤੋ ਹਾਰੋ ਦੀ ਖੇਤੀਬਾੜੀ ਨਾਲ ਨਵੀਂ ਜੁੜੀ ਜਾਣਕਾਰੀ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਸਭ ਤੋਂ ਪਹਿਲਾਂ ਜਾਣਨ ਦੇ ਲਈ ਆਪਣੇ ਚੈਨਲ ਟੈਨ ਯੂ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦੇ ਬਟਨ ਦਬ ਕੇ 올 ਨੋਟੀਫਿਕੇਸ਼ਨ ਤੇ ਕਲਿੱਕ ਕਰ ਲਓ ਹਰ ਰੋਜ਼ ਇਸੇ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਧੰਨਵਾਦ ਦੋਸਤੋ ਕਿ ਪਾਟ ਨੂੰ ਮੇਰੀ ਪਹਿਲੀ ਕਰੋਨਾ ਟੈਸਟ ਕਿਟ ICMR ਵੱਲੋਂ ਮਨਜ਼ੂਰੀ 20 ਮਿੰਟਾਂ ਵਿੱਚ ਮਿਲਣਗੇ ਨਤੀਜੇ ਦਿੱਲੀ ਦੀ ਫਾਰਮਾ ਕੰਪਨੀ ਨੇ ਭਾਰਤ ਦੀ ਪਹਿਲੀ ਰੈਪਿਡ ਟੈਸਟ ਕਿਟ ਤਿਆਰ ਕੀਤੀ ਹੈ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਿਟ ਜਰੀਏ ਨਤੀਜਾ ਸਿਰਫ 20 ਮਿੰਟਾਂ ਵਿੱਚ ਉਪਲਬਧ ਹੋ ਜਾਵੇਗਾ ਤੇ ਕਿਟ ਨੂੰ ਇੰਡੀਅਨ ਕਾਉਂਸਲ ਆਫ ਮੈਡੀਕਲ ਸਾਇੰਸ ਚ ਨੇ ਮਨਜ਼ੂਰੀ ਦੇ ਦਿੱਤੀ ਹੈ ਕਿਟ ਦੀ ਕੀਮਤ ਕਰੀਬ 200 ਰੁਪਏ ਦੱਸੀ ਜਾ ਰਹੀ ਹੈ ਤੇ ਦੱਸ ਦਈਏ ਕਿ ਭਾਰਤ ਦੀ ਪਹਿਲੀ ਅਧਿਕਾਰਿਤ ਪੁਆਇੰਟ ਆਫ ਕੇਅਰ ਰੈਪਿਡ ਟੈਸਟ ਕਿਟ ਆਸਕਰ ਮੈਡੀਕੇਅਰ ਨੇ ਤਿਆਰ ਕੀਤੀ ਹੈ ਇਹ ਕੰਪਨੀ ਆਪਣੇ ਲੈਬ ਵਿੱਚ ਐਚਆਈਵੀ ਐਡਜ਼ ਮਲੇਰੀਆ ਤੇ ਡੇਂਗੂ ਲਈ ਗਰਭ ਅਵਸਥਾ ਟੈਸਟ ਕਿਟਾਂ POC ਡਾਇਗਨੋਸਟਿਕ ਟੈਕ ਕਿੱਟਾਂ ਵੀ ਤਿਆਰ ਕਰਦੀ ਹੈ ਅਗਲੀ ਵੱਡੀ ਖਬਰ ਕਿ ਅੰਮ੍ਰਿਤਸਰ ਦੇ ਇਨ੍ਹਾਂ ਇਲਾਕਿਆਂ ਵਿੱਚ 10 ਦਿਨਾਂ ਲਈ ਪੂਰੀ ਤਰ੍ਹਾਂ ਕਰਫਿਊ ਅੰਮ੍ਰਿਤਸਰ ਵਿੱਚ ਕਰੋਨਾ ਦੇ ਵਾਧੇ ਮਾਮਲੇ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ 10 ਦਿਨਾਂ ਲਈ ਫੁੱਲ ਟਾਈਮ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਅੰਮ੍ਰਿਤਸਰ ਦੇ 6 ਇਲਾਕੇ ਬ੍ਰਾਹਮਨਾਗਰ, ਗੋਪਾਲਨਗਰ ਅਤੇ ਜਵਾਹਰਨਗਰ ਗਲੀ ਕੱਕੀਆਂ ਵਾਲੇ ਸ਼ਾਮਲਾ ਮਾਰਕੀਟ ਅਤੇ ਕਟੜਾ ਬਗੀਆਂ ਵਿੱਚ 10 ਦਿਨਾਂ ਲਈ ਪੂਰੇ ਤਰ੍ਹਾਂ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ। ਇੱਥੇ ਸਿਰਫ ਜ਼ਰੂਰੀ ਸੇਵਾਵਾਂ ਹੀ ਚੱਲ ਰਹਿਣਗੀਆਂ ਅਤੇ ਵਿਆਹ ਸਮਾਰੋਹ ਵਿੱਚ ਸਿਰਫ 30 ਲੋਕ ਚਰ ਕੇ ਅੰਤਿਮ ਸੰਸਕਾਰ ਵਿੱਚ 20 ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਕੇ ਕਿਰਾਏਦਾਰਾਂ ਲਈ ਵੱਡੀ ਖਬਰ ਮਕਾਨ ਮਾਲਕ ਨਹੀਂ ਕਰ ਸਕਣਗੇ ਮਨਮਾਨੀ ਆ ਰਿਹਾ ਨਵਾਂ ਕਾਨੂੰਨ। ਜੀ ਹਾਂ ਦੋਸਤੋ ਭਾਰਤ ਸਰਕਾਰ ਕਿਰਾਏਦਾਰ ਵਾਲੇ ਜਲਦ ਹੀ ਵੱਡੇ ਕਾਰਜਮ ਉਠਾਉਣ ਜਾ ਰਹੀ ਹੈ ਹਾਊਸਿੰਗ ਅਤੇ ਸ਼ਹਿਰ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਹ ਕਾਰਮ ਕਿਰਾਏ ਦੇ ਮਕਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਉਹਨਾਂ ਨੇ ਇਹ ਜਾਣਕਾਰੀ ਹਾਊਸਿੰਗ ਸੈਕਟਰ ਅਤੇ ਵੰਜ ਅਤੇ ਅਰਜੋਗ ਸੰਗਠਨ ਅਸ਼ੋਚ ਚੇਮ ਦੁਆਰਾ ਅਯੂਈ ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ਉਹਨਾਂ ਨੇ ਕਿਹਾ ਕਿ ਸਾਲ 2011 ਦੀ ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ 1.1 ਕਰੋੜ ਤੋਂ ਵੱਧ ਮਕਾਨ ਖਾਲੀ ਪਏ ਨੇ ਕਿਉਂਕਿ ਲੋਕ ਉਹਨਾਂ ਨੂੰ ਕਿਰਾਇਆ ਦੇਣ ਤੋਂ ਡਰਦੇ ਨੇ ਮਿਸ਼ਰਾ ਨੇ ਕਿਹਾ ਕਿ ਉਹਨਾਂ ਦਾ ਮੰਤਰਾਲਾ ਹੁਣ ਸੁਨਿਸ਼ਚਿਤ ਕਰੇਗਾ ਕਿ ਇੱਕ ਸਾਲ ਦੇ ਅੰਦਰ ਹਰ ਰਾਜ ਵਿੱਚ ਇਸ ਮਾਡਲ ਕਾਨੂੰਨ ਨੂੰ ਲਾਗੂ ਕਰਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਇਸ ਨੂੰ ਅਮੀਰ ਕਰਨਾਂ ਕਿ ਇਸ ਕਾਨੂੰਨ ਦੇ ਲਾਗੂ ਹੋਣ ਦੇ ਬਾਅਦ ਖਾਲੀ ਫਟਾ ਵਿੱਚ 60 ਤੋਂ 80% ਕਿਰਾਏ ਦੇ ਬਾਜ਼ਾਰ ਵਿੱਚ ਆ ਜਾਣਗੇ ਅਗਲੀ ਵੱਡੀ ਖਬਰ ਕਿ ਕੈਨੇਡਾ ਜਾਣ ਵਾਲਿਆਂ ਲਈ ਨਵਾਂ ਐਲਾਨ 30 April 2021 ਤੱਕ ਵਿਦਿਆਰਥੀ ਨਹੀਂ ਜਾ ਸਕਣਗੇ ਕੈਨੇਡਾ ਜੀਹਾਂ ਦੋਸਤੋ ਇਸ ਸਾਲ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਸਤੇ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਲੀਜੀਬਿਲਿਟੀ ਸੰਬੰਧੀ ਤਿੰਨ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੋਵਿਡ-19 ਕਰ ਦੁਨੀਆ ਭਰ ਦੇ ਕਈ ਦੇਸ਼ਾਂ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪੋ-ਆਪਣੇ ਦੇਸ਼ਾਂ ਵਿੱਚ ਰਹਿ ਕੇ ਆਨਲਾਈਨ ਪੜ੍ਹਾਈ ਕਰਨੀ ਪੈ ਰਹੀ ਹੈ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਤਿੰਨ ਤਬਦੀਲੀਆਂ ਕੀਤੀਆਂ ਗਈਆਂ ਨੇ ਔਰ ਅੰਤਰਰਾਸ਼ਟਰੀ ਵਿਦਿਆਰਥੀ 30 ਅਪ੍ਰੈਲ 2021 ਤੱਕ ਆਪੋ-ਆਪਣੇ ਦੇਸ਼ਾਂ ਵਿੱਚ ਰਹਿ ਕੇ ਪੜ੍ਹਾਈ ਕਰ ਸਕਦੇ ਨੇ ਤੇ ਉਹਨਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਨਿਰਧਾਰਤ ਟਾਈਮ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਉਹਨਾਂ ਦੇ ਕੋਰਸ ਦਾ 50% ਹਿੱਸਾ ਕੈਨੇਡਾ ਵਿੱਚ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ ਤੇ ਜਿਹੜੇ ਵਿਦਿਆਰਥੀਆਂ ਕੋਲ 8 ਤੋਂ 12 ਮਹੀਨਿਆਂ ਦਾ ਕੋਰਸ ਹੈ ਜਿਹੜੇ ਇਸ ਸਾਲ ਮਈ ਤੋਂ ਸਤੰਬਰ ਦਰਮਿਆਨ ਸ਼ੁਰੂ ਹੋਣਾ ਸੀ ਤੇ ਉਹ ਇਸ ਦੌਰਾਨ ਕੈਨੇਡਾ ਨਹੀਂ ਆ ਸਕਦੇ ਤਾਂ ਵੀ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਮੰਨਿਆ ਜਾਵੇਗਾ ਜੇ ਜਿਹੜੇ ਵਿਦਿਆਰਥੀਆਂ ਨੇ ਇਸ ਸਾਲ ਮਈ ਤੋਂ ਸਤੰਬਰ ਵਾਸਤੇ ਕਿਸੇ ਵੀ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ ਤਾਂ ਉਹ 30 ਅਪ੍ਰੈਲ 2021 ਤੱਕ ਆਨਲਾਈਨ ਹੀ ਪੜਾਈ ਕਰਦੇ ਰਹਿਣਗੇ ਅਤੇ ਇੱਕ ਤੋਂ ਜ਼ਿਆਦਾ एलिजिਬਲ ਪ੍ਰੋਗਰਾਮ ਪਾਸ ਕਰ ਜਾਂਦੇ ਨੇ ਤਾਂ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣ ਵਾਸਤੇ ਆਪਣੇ ਪ੍ਰੋਗਰਾਮ ਦਾ ਪੂਰਾ ਸਮਝ ਜੋੜ ਕੇ ਅਪਲਾਈ ਕਰਨ ਦੀ ਆਗਿਆ ਹੋਵੇਗੀ ਸ਼ਰਤ ਕੇਵਲ ਇਹੀ ਹੋਵੇਗੀ ਕਿ ਉਹਨਾਂ ਨੇ 50% ਦੀ ਕੋਰਸ ਕੈਨੇਡਾ ਵਿੱਚ ਰਹਿ ਕੇ ਪਾਸ ਕੀਤਾ ਹੋਵੇ ਅਗਲੀ ਵੱਡੀ ਖਬਰ ਕਿ ਪੰਜਾਬ ਵਿੱਚ ਸਤੰਬਰ ਮਹੀਨੇ ਵਿੱਚ ਵੀ ਨਹੀਂ ਖੁੱਲਣਗੇ ਸਕੂਲ ਅਤੇ ਕਾਲਜ ਜੀ ਹਾਂ ਦੋਸਤੋ ਕਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਸਕੂਲ ਅਤੇ ਕਾਲਜ ਅਗਲੇ ਮਹੀਨੇ ਵੀ ਨਹੀਂ ਖੁੱਲਣਗੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਸਤੰਬਰ ਮਹੀਨੇ ਵਿੱਚ ਕੋਵਿਡ ਮਹਾਮਾਰੀ ਦੇ ਸਿਖਰ ਤੇ ਜਾਣ ਦੇ ਖ਼ਤਰਾ ਪ੍ਰਗਟਾਇਆ ਤੇ ਦੱਸਣ ਜੋਗੇ ਕਿ ਸਰ ਪੰਜਾਬ ਸਰਕਾਰ ਨੇ ਪਹਿਲਾਂ ਹੀ 31 ਅਗਸਤ ਤੱਕ ਸਕੂਲ ਬੰਦ ਕੀਤੇ ਨੇ ਤੇ ਸਿੱਖਿਆ ਮੰਤਰੀ ਸਤੰਬਰ ਮਹੀਨੇ ਦੌਰਾਨ ਵੀ ਐਨਈ ਈਟੀ ਅਤੇ ਜੀਈਈ ਪ੍ਰੀਖਿਆਵਾਂ ਲੈਣ ਦੇ ਕੇਂਦਰ ਤੇ ਫੈਸਲੇ ਤੇ ਵੀ ਵਿਰੋਧ ਪ੍ਰਗਟਾਇਆ ਜਿਸ ਤੋਂ ਸਾਫ ਹੈ ਕਿ ਸਕੂਲ ਅਜੀਬ ਬੰਦ ਰਹਿਣਗੇ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤੇ ਬੱਚਿਆਂ ਦੀ ਜਾਨ ਨਾਲ ਸਮਝੌਤਾ ਨਹੀਂ ਕਰ ਸਕਦੇ ਇਸ ਲਈ ਕਾਂਗਰਸ ਪਾਰਟੀ ਇਹਨਾਂ ਪ੍ਰੀਖਿਆਵਾਂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਗਲੀ ਵਾਰ ਦੀ ਖਬਰ ਕਿ ਬਿਜਲੀ ਬੋਰਡ ਵਿੱਚ ਨੌਕਰੀ ਦਾ ਸੁਨਹਿਰੀ ਮੌਕਾ ਜਲਦੀ ਕਰੋ ਅਪਲਾਈ ਜੀ ਹਾਂ ਦੋਸਤੋ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਸਿਸਟੈਂਟ ਅਕਾਊਂਟੈਂਟ ਦੇ ਅਹੁਦੇ ਤੇ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਰਜ਼ੀਆਂ ਮੰਗੀਆਂ ਨੇ ਤੇ ਇਸ ਤਹਿਤ 33 ਯੋਗ ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ। ਅਹੁਦਾ ਦਾ ਨਾਮ ਹੈਗਾ ਜੀ ਅਸਿਸਟੈਂਟ ਅਕਾਊਂਟੈਂਟ ਅਹੁਦੇ ਹੈਗੇ ਤੇ ਤਨਖਾਹ ਹੈਗੀ ਹੈ 29800 ਤੋਂ ਲੈ ਕੇ 94300 ਰੁਪਏ ਦਾ ਕਸਿਕਾ ਕਿ ਯੋਗਤਾ ਹੈਗੀ ਹੈ ਜੀ ਕਿ ਭਾਰਤ ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਮਾਤਸਵਾਚ ਡਿਗਰੀ ਦਾ ਹੋਣਾ ਲਾਜ਼ਮੀ ਹੈ। ਉਮਰ ਹੱਦ 21 ਤੋਂ 40 ਸਾਲ ਰੱਖੀ ਗਈ ਹੈ। ਮਹੱਤਵਪੂਰਨ ਇਸ ਦਿnga ਤਰੀਕਾ ਹੈ ਜੀ ਆਨਲਾਈਨ ਅਰਜੀ ਦੇਣ ਦੀ ਸ਼ੁਰੂਆਤੀ ਤਾਰੀਖ 9 ਸਤੰਬਰ 2020 ਹੈ ਤੇ ਆਨਲਾਈਨ ਅਰਜੀ ਦੇਣ ਦੀ ਆਖਰੀ ਮਿਤੀ 29 ਸਤੰਬਰ 2020 ਹੈ ਤੇ ਅਰਜੀ ਫੀਸ ਅਰਜੀ ਫੀਸ ਜਮ੍ਹਾਂ ਕਰਾਉਣ ਦੀ ਤਾਰੀਖ 29 ਸਤੰਬਰ 2020 ਹੈ ਤੇ ਅਰਜੀ ਫੀਸ ਸਧਾਰਨ OBC ਅਤੇ EWS ਵਰਗ ਨੂੰ 1000 ਰੁਪਏ ਜਦੋਂ ਕਿ ਉੱਤਰ ਪ੍ਰਦੇਸ਼ ਦੇ SC ST ਵਰਗ ਨੂੰ 700 ਰੁਪਏ ਅਰਜੀ ਫੀਸ ਦੇ ਤੌਰ ਤੇ ਜਮ੍ਹਾਂ ਕਰਨੇ ਹੋਣਗੇ ਅਤੇ ਫੀਸ ਦੀ ਅਪੁਕਤਾਨ ਡੈਬਿਟ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਜਾਂ SBI ਚਲਾਨ ਰਾਹੀਂ ਕੀਤਾ ਜਾ ਸਕਦਾ ਹੈ ਅਪਲਾਈ ਕਰ ਲਈ ਜਿਹੜੀ ਵੈਬਸਾਈਟ ਹੈਗੀ ਐਨਰਜੀ ਕੇ http open upenergy.in ਤੇ ਜਾ ਕੇ ਜਾਂ up double pcl ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰ ਸਕਦੇ ਹੋ ਅਗਲੀ ਵੱਡੀ ਖਬਰ ਕਿ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ ਵਦੇਸ਼ੀ ਬਾਜ਼ਾਰਾਂ ਵਿੱਚ ਡਿੱਗੀਆਂ ਕੀਮਤਾਂ ਤੇ ਭਾਰਤੀ ਰੁਪਇਆ ਮਜ਼ਬੂਤ ਹੋਣ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਆ ਰਹੀ ਹੈ। ਬੁੱਧਵਾਰ ਨੂੰ ਦਿੱਲੀ ਬੁਲੀਅਨ ਵਿੱਚ ਬਾਜ਼ਾਰ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 210 ਰੁਪਏ ਡਿੱਗ ਗਈ ਜਿਸ ਦੇ ਨਾਲ ਹੀ 1 ਕਿਲੋ ਚਾਂਦੀ ਦੀ ਕੀਮਤ ਵਿੱਚ 1000 ਰੁਪਏ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਅਤੇ ਮਾਹਿਰ ਕਹਿੰਦੇ ਨੇ ਕਿ ਚੰਗੇ ਆਰਥਿਕ ਅੰਕੜਿਆਂ ਕਾਰਨ ਅਮਰੀਕੀ ਡਾਲਰ ਵਿੱਚ ਮਜ਼ਬੂਤੀ ਆਈ ਉਸ ਸਮੇਂ ਯੂਐਸ ਬ੍ਰਾਂਡ ਦੀ ਪੈਦਾਵਾਰ ਵਿੱਚ ਵਾਧੇ ਕੋਰੋਨਾ ਵਾਇਰਸ ਦੇ ਇਲਾਜ ਦੀ ਉਮੀਦ ਅਤੇ ਯੂਐਸ ਚੀਨ ਵਿਚਾਲੇ ਵਪਾਰ ਸਮਝੌਤੇ ਦੀ ਸੰਭਾਵਨਾ ਨੇ ਸੋਨੇ ਅਤੇ ਚਾਂਦੀ ਤੇ ਦਬਾਅ ਪਾਇਆ ਇਹਨਾਂ ਸੰਕੇਤਾਂ ਦੇ ਕਾਰਨ ਘਰੇਲੂ ਬਾਜ਼ਾਰ ਵਿੱਚ ਅੱਜ ਸੋਨਾ ਫਿਰ ਤੋਂ ਸਸਤਾ ਹੋ ਸਕਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ 5000 ਰੁਪਏ ਤੱਕ ਘਟ ਗਈਆਂ ਨੇ ਸੋਨੇ ਦੀ ਕੀਮਤ 56200 ਤੋਂ ਘਟ ਕੇ 51000 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਇਸ ਦੇ ਨਾਲ ਹੀ ਚਾਂਦੀ 13000 ਰੁਪਏ ਪ੍ਰਤੀ ਕਿਲੋ ਸਾhti ਹੋ ਗਿਆ ਇਸ ਦੌਰਾਨ 78000 ਰੁਪਏ ਤੋਂ ਘਟ ਕੇ 65000 ਰੁਪਏ ਦੇ ਨੇੜੇ ਪਹੁੰਚ ਚੁੱਕੇ ਨੇ ਅਗਲੇ ਵਾਰ ਦੇਖਿਆ ਬਈ ਕਿ ਹਾਈ ਕੋਰਟ ਨੇ 1 ਇਸਤੰਬਰ ਤੋਂ ਲੈ ਕੇ 30 ਇਸਤੰਬਰ ਤੱਕ ਦੇ ਕੇ ਸਾਰੀ ਸੁਣਵਾਈ ਵਧਾ ਕੇ ਦਸੰਬਰ ਜਨਵਰੀ 2021 ਤੱਕ ਕੀਤੀ ਕਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਜੱਜਾਂ ਵਕੀਲਾਂ ਸਟਾਫ ਅਤੇ ਪ੍ਰਖਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਦੇ ਅੰਦਰ ਧਾਰਤ ਕੇਸਾਂ ਦੀ ਸੁਣਵਾਈ ਟਾਲਦੇ ਹੋਏ ਦਸੰਬਰ ਅਤੇ ਜਨਵਰੀ 2021 ਵਿੱਚ ਤਾਰੀਖਾਂ ਨਿਸ਼ਚਿਤ ਕੀਤੀਆਂ ਨੇ ਜੜ ਕੇ অতি ਜ਼ਰੂਰੀ ਕੇਸਾਂ ਦੀ ਸੁਣਵਾਈ ਹੋ ਰਹੀ ਅਤੇ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਮੀਰੀ ਨੇ ਜਾਰੀ ਪੱਤਰ ਵਿੱਚ ਦਿੱਤੀ ਹੈ। ਅਗਲੀ ਵੱਡੀ ਖਬਰ ਕਿ ਪੰਜਾਬ, ਦਿੱਲੀ ਸਣੇ ਇਹਨਾਂ ਸੂਬਿਆਂ ਵਿੱਚ ਭਾਰੀ ਬਾਰਿਸ਼ ਦਾ ਅਨੁਮਾਨ ਜਾਣੋ ਮੌਸਮ ਦਾ ਹਾਲ। ਮੌਸਮ ਵਿਭਾਗ ਮੁਤਾਬਕ ਅੱਜ ਪੂਰਬੀ ਪ੍ਰਦੇਸ਼, ਬਿੰਗਰ ਅਤੇ ਛੱਤੀਸਗੜ੍ਹ ਵਿੱਚ ਬਹੁਤ ਜ਼ਿਆਦਾ بارش ਹੋ ਸਕਦੀ ਹੈ ਇਸ ਦੇ ਨਾਲ ਹੀ ਉੱਤਰਾਖੰਡ ਵਿੱਚ ਵੀ ਬਹੁਤ ਜ਼ਿਆਦਾ ਬੱਝਦਾ ਅਨੁਮਾਨ ਜਤਾਇਆ ਜਾ ਰਿਹਾ ਹੈ ਉੱਤੇ ਹੀ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ, ਹਿਮਾਚਲ ਪ੍ਰਦੇਸ਼, ਪਛਮੀ ਮੱਧ ਪ੍ਰਦੇਸ਼, ਝਾਰਖੰਡ, ਸਿਕਮ ਅਤੇ ਓਡੀਸ਼ਾ ਵਿੱਚ ਵੀ ਭਾਰੀ ਬੱਝਦਾ ਅਨੁਮਾਨ ਹੈ ਤੇ ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਨੇ ਜ਼ੋਰ ਫੜਨ ਦੀ ਸੰਭਾਵਨਾ ਹੈ ਤੇ ਫਿਲਹਾਲ ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਦੀ ਚਾਲ ਮੱਠੀ ਹੀ ਚੱਲ ਰਹੀ ਹੈ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਨਹੀਂ ਪਿਆ ਪਰ ਮੌਸਮ ਵਿਗਿਆਨ ਵਿਭਾਗ ਨੇ ਇਹਨਾਂ ਦੋ ਰਾਜਾਂ ਵਿੱਚ ਕਈ ਥਾਵਾਂ ਤੇ ਅਗਲੇ 2 ਦਿਨਾਂ ਤੱਕ ਭਾਰੀ ਬੱਦਸ਼ ਹੋਣ ਦੀ ਸੰਭਾਵਨਾ ਜਿਹੜੀ ਜਤਾਈ ਹੈ ਅਗਲੀ ਵੱਡੀ ਖਬਰ ਕਿ ਪੰਜਾਬ ਵਿੱਚ ਅੱਜ 746 ਨਵੇਂ ਮਰੀਜ਼ ਅਤੇ ਅੰਕੜਾ 43 ਹਜ਼ਾਰ ਦੇ ਨੇੜੇ ਜਿहां ਦੋਸਤੋ ਅੱਜ ਪੰਜਾਬ ਵਿੱਚ 746 ਨਵੇਂ ਮਰੀਜ਼ ਰਿਪੋਰਟ ਹੋਏ ਹਨ ਅਤੇ ਕੋਰੋਨਾ ਕਾਰਨ ਪੰਜਾਬ ਵਿੱਚ ਹੁਣ ਤੱਕ 47836 ਲੋਕ ਪੋਜ਼ੀਟਿਵ ਆਏ ਗਏ ਨੇ ਜਿੰਨਾਂ ਵਿੱਚ 30972 ਮਰੀਜ਼ ਠੀਕ ਹੋ ਚੁੱਕੇ ਨੇ ਬਾਕੀ 15608 ਮਰੀਜ਼ ਇਲਾਜ ਅਧੀਨ ਚੱਲ ਰਹੇ ਨੇ ਤੇ ਪੀੜ ਤੇ 425 ਮਰੀਜ਼ ਆਕਸੀਜਨ ਅਤੇ 49 ਜਿਨ੍ਹਾਂ ਦੇ ਹਾਲ ਤੱਕ ਗੰਭੀਰ ਹੈ ਉਹਨੂੰ ਵੈਂਟੀਲੇਟਰ 'ਤੇ ਹਾਰੇ ਰੱਖਿਆ ਗਿਆ ਹੈ ਅੱਜ ਸਭ ਤੋਂ ਵੱਧ ਮਾਮਲੇ ਲੁਧਿਆਣਾ ਤੋਂ 350 ਗਰਦਾਸਪੁਰ ਤੋਂ 210 ਪਟਿਆਲਾ ਤੋਂ 188 ਅਤੇ ਜਲੰਧਰ ਤੋਂ 186 ਨਵੇਂ ਪੋਜ਼ਿਟਿਵ ਮਰੀਜ਼ ਰਿਪੋਰਟ ਹੋਏ ਨੇ ਅਗਲੀ ਵੱਡੀ ਖਬਰ ਕਿ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਤੇ ਹੋਣ ਲੱਗੇਗਾ ਭਾਰੀ ਜੁਰਮਾਨਾ ਸਿੰਗਲਾ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਰਾਮਵੀਰ ਨੇ ਜ਼ਿਲ੍ਹਾ ਸੰਗਰੂਰ ਦੀ ਹਦੂਦ 'ਚ ਡਾਇਰੈਕਟਰ ਹੈਲਥ ਅਤੇ ਫੈਮਿਲੀ ਵੈਲਫੇਅਰ ਵਿਭਾਗ ਵੱਲੋਂ ਜਾਰੀ ਪੱਤਰ ਅਧੀਨ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਸੰਬੰਧੀ ਜੁਰਮਾਨੇ ਦੇ ਹੁਕਮ ਜਾਰੀ ਕੀਤੇ ਨੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹੋਮ ਕੁਆਰਟਾਈਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਤੇ 200 ਰੁਪਏ ਜਦ ਤੱਕ ਥਾਵਾਂ ਤੇ ਮਾਸਕ ਨਾ ਪਾਉਣ ਅਤੇ ਥੁੱਕਣ ਤੇ 500 ਰੁਪਏ ਅਤੇ ਦੁਕਾਨਾਂ ਕਮਰਸ਼ੀਅਲ ਥਾਵਾਂ ਤੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਵਾਹਨਾਂ ਦੇ ਮਾਲਕਾਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਆਟੋ ਰਿਕਸ਼ਾ ਦੋ ਪਹੀਆ ਵਾਹਨ ਮਾਲਕ ਨੂੰ 500 ਰੁਪਏ ਅਤੇ ਕਾਰਾਂ ਤੋਂ 2000 ਰੁਪਏ ਅਤੇ ਬੱਸਾਂ ਤੋਂ 3000 ਰੁਪਏ ਜਿਹੜਾ ਜੁਰਮਾਨਾ ਵਸੂਲਿਆ ਜਾ ਸਕਦਾ ਹੈ ਅਗਲੀ ਵੱਡੀ ਖਬਰ ਕਿ ਜਾਨੋ ਸਸਤੇ ਵਿੱਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ ਆਫਰ ਵਿੱਚ ਬਚੇ ਸਿਰਫ ਕੁਝ ਦਿਨ ਬਾਕੀ ਐਲਪੀਜੀ ਗੈਸ ਸਿਲੰਡਰ ਨੂੰ ਆਨਲਾਈਨ ਬੁੱਕ ਕਰਨ ਵਾਲੇ ਗਾਹਕਾਂ ਲਈ ਖਾਸ ਆਫਰ ਹੈ ਗਾਹਕ ਗੈਸ ਸਿਲੰਡਰ ਆਨਲਾਈਨ ਬੁੱਕ ਕਰਕੇ ਭਾਰੀ ਛੋਟ ਹਾਸਲ ਕਰ ਸਕਦੇ ਨੇ ਜੇ ਤੁਸੀਂ ਐਮਾਜ਼ਨ ਪੇ ਰਾਹੀਂ ਗੈਸ ਸਿਲੰਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ 50 ਰੁਪਏ ਵਾਪਸ ਮਿਲ ਜਾਣਗੇ ਤੇ ਇੰਡੀਅਨ ਗੈਸ ਭਾਰਤ ਗੈਸ ਅਤੇ ਐਚਪੀ ਗੈਸ ਕੰਪਨੀਆਂ ਦੇ ਗੈਸ ਸਿਲੰਡਰ ਐਮਾਜ਼ਨ ਪੇ ਤੇ ਬੁੱਕ ਕੀਤੇ ਜਾ ਸਕਦੇ ਨੇ ਤੇ ਐਮਾਜ਼ਨ ਪੇ ਸਿਲੰਡਰ ਦੀ ਆਨਲਾਈਨ ਬੁਕਿੰਗ ਤੇ 50 ਰੁਪਏ ਦਾ ਕੈਸ਼ਬੈਕ ਪੇਸ਼ ਕਰ ਰਿਹਾ ਹੈ ਇਸ ਨੂੰ ਜਾਣ ਤੁਸੀ ਕਿਵੇਂ ਬੁੱਕ ਕਰਨਾ ਹੈ ਤਾਂ ਇਸ ਦੇ ਲਈ ਤੁਹਾਨੂੰ Amazon Pay ਦੇ ਪੇ ਦੇ ਭੁਗਤਾਨ ਵਿਕਲਪ ਤੇ ਜਾਣਾ ਪਵੇਗਾ ਤੇ ਇਸ ਤੋਂ ਬਾਅਦ ਆਪਣੇ ਗੈਸ ਸੇਵਾ ਪ੍ਰਦਾਤਾ ਦੀ ਚੋਣ ਕਰੋ ਅਤੇ ਆਪਣਾ ਰਜਿਸਟਰਡ ਮੋਬਾਈਲ ਨੰਬਰ ਜਾਂ LPG ਨੰਬਰ ਇੱਥੇ ਦਰਜ ਕਰੋ ਤਾਂ ਤੁਹਾਨੂੰ ਭੁਗਤਾਨ Amazon Pay ਜਰੀਏ ਹੀ ਕਰਨਾ ਪਵੇਗਾ ਤੇ ਫੇਰ ਹੀ ਜਿਹੜਾ ਤੁਸੀਂ ਸਿਲੰਡਰ ਤੇ 50 ਰੁਪਏ ਵਾਪਸ પા ਸਕੋਗੇ ਤਾ ਦੋਸਤੋ ਇਸ ਇਗੀਆਂ ਆਪਣੀਆਂ ਅੱਜ ਦਿਨ ਭਰ ਦੀਆਂ ਵਡੀਆਂ ਖਬਰਾਂ ਇਸੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਧੰਨਵਾਦ ਦੋਸਤੋ